ਹਾਂਜੀ, ਇਹ ਦਿੱਲੀ ਸਰਵਿਸ ਸਬੋਰਡੀਨੇਟ ਬੋਰਡ ਵੱਲੋਂ ਜੋ ਸਿੱਖ ਬੱਚਿਆਂ ਦੇ ਕੜੇ ਅਤੇ ਕਿਰਪਾਨ ਨੂੰ ਰੋਕਿਆ ਜਾਂਦਾ ਇਗਜ਼ਾਮ ਦੇ ਵਿੱਚ, ਉਸ ਦੇ ਸੰਬੰਧੀ ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੰਟੈਂਪਟ ਪਾਈ ਸੀ। ਉਸ ਕੰਟੈਂਪਟ ਦੀ ਸੁਣਵਾਈ ਸੀ ਅੱਜ ਲਾਸਟ ਡੇਟ ਦੇ ਉੱਤੇ। ਅਸੀਂ ਕੋਰਟ ਨੂੰ ਕਿਹਾ ਸੀ ਕਿ ਇਹਨਾਂ ਨੇ ਕੋਰਟ ਦੇ ਆਰਡਰ ਦੇ ਬਾਵਜੂਦ ਬੱਚਿਆਂ ਨੂੰ ਰੋਕਿਆ ਹੈ, ਅਤੇ ਉੱਥੇ ਦਿੱਲੀ ਸਰਕਾਰ ਦੇ ਵਕੀਲ ਨੇ ਕਿਹਾ ਸੀ ਜੀ ਅਸੀਂ ਕੋਈ ਬੱਚਿਆਂ ਨੂੰ ਨਹੀਂ ਰੋਕਿਆ, ਅਤੇ ਉਹ ਕੋਰਟ ਨੇ ਕਿਹਾ ਸੀ ਕਿ ਤੁਸੀਂ ਐਫੀਡੇਵਿਟ ਫਾਈਲ ਕਰੋ। ਅੱਜ ਹੁਣ ਇਹਨਾਂ ਨੇ ਐਫੀਡੇਵਿਟ ਫਾਈਲ ਕੀਤਾ, ਹਾਲਾਂਕਿ ਉਹ ਐਫੀਡੇਵਿਟ ਔਨ ਰਿਕਾਰਡ ਕੋਰਟ ਦੇ ਵਿੱਚ ਅਜੇ ਨਹੀਂ ਆਇਆ, ਇਸ ਕਰਕੇ ਅਡਜੋਰਨਮੈਂਟ ਹੋਈ ਆ। ਪਰ ਉਸ ਐਫੀਡੇਵਿਟ ਦੇ ਵਿੱਚ ਜੋ ਦਿੱਲੀ ਸਰਕਾਰ ਨੇ ਆਪਣਾ ਵਿਊ ਰੱਖਿਆ ਹੈ, ਮੈਂ ਸਮਝਦਾ ਕਿ ਉਹ ਬੜੀ ਬਹੁਤ ਹੀ ਮੰਦਭਾਗੀ ਗੱਲ ਹੈ। ਇੱਕ ਪਾਸੇ ਤਾਂ ਡਿਪਟੀ CM ਸ਼੍ਰੀ ਮਨੀਸ਼ ਸਿਸੋਦੀਆ ਜੀ ਕਹਿੰਦੇ ਨੇ, ਆਪਣਾ ਲੈਟਰ ਇਸ਼ੂ ਕਰਦੇ ਆ DSSB ਦੇ ਚੇਅਰਮੈਨ ਨੂੰ ਕਿ ਤੁਸੀਂ ਇਹਨਾਂ ਬੱਚਿਆਂ ਨੂੰ ਅਲਾਓ ਕਰੋ ਕਿਰਪਾਨ ਔਰ ਕੜੇ ਦੇ ਨਾਲ, ਅਤੇ ਦੂਸਰੇ ਪਾਸੇ ਜੋ ਐਫੀਡੇਵਿਟ ਫਾਈਲ ਕਰ ਰਹੇ ਆ ਉਸ ਐਫੀਡੇਵਿਟ ਦੇ ਵਿੱਚ ਉਹ ਡਿਨਾਈ ਕਰਦੇ ਆ ਕਿ ਅਸੀਂ ਇਹ ਅਲਾਓ ਨਹੀਂ ਕਰ ਸਕਦੇ, ਇਹ ਬੱਚਿਆਂ ਨੂੰ ਨਕਲ ਹੋਏਗੀ। ਪਰ ਮੈਂ ਇੱਥੇ ਕਹਿਣਾ ਚਾਹੁੰਦਾ ਕਿ ਸੈਂਟਰਲ ਗੌਰਮੈਂਟ ਨੇ ਹਾਈਕੋਰਟ ਦੇ ਵਿੱਚ, ਦਿੱਲੀ ਪੁਲਿਸ ਨੇ ਐਫੀਡੇਵਿਟ ਫਾਈਲ ਕਰਕੇ ਹਾਈ ਸਕਿਉਰਿਟੀ ਜ਼ੋਨ ਦੇ ਵਿੱਚ ਵੀ ਕੜਾ ਕਿਰਪਾਨ ਜਿਹੜਾ ਉਹ ਅਲਾਓ ਕੀਤਾ ਹੈ, ਸਿਵਲ ਏਵੀਏਸ਼ਨ ਮਿਨਿਸਟਰੀ ਨੇ ਅਲਾਓ ਕੀਤਾ ਹੈ। ਅਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਜਿੱਥੇ ਇੱਕ ਆਰਟੀਕਲ 25 ਦੀ ਗੱਲ ਆ ਜਾਂਦੀ ਆ, ਰਿਲੀਜੀਅਸ ਫੇਥ ਦੀ ਗੱਲ ਆ ਜਾਂਦੀ ਆ, ਉੱਥੇ ਇਹ ਨਕਲ ਲੈ ਕੇ ਆਉਂਦੇ ਆ। ਸੋ ਮੈਨੂੰ ਸਮਝ ਨਹੀਂ ਆਈ ਕਿ ਇਹਨਾਂ ਨੇ ਇਹ ਦੋਗਲੀ ਨੀਤੀ ਕਿਉਂ ਆ। ਇੱਕ ਪਾਸੇ ਤੁਸੀਂ ਲੈਟਰ ਇਸ਼ੂ ਕਰ ਰਹੇ ਹੋ ਕਿ ਬੱਚਿਆਂ ਨੂੰ ਅਲਾਓ ਕੀਤਾ ਜਾਏ, ਔਰ ਦੂਸਰੇ ਦਾ ਪਾਸੇ ਤੁਸੀਂ ਕੋਰਟ ਦੇ ਵਿੱਚ ਐਫੀਡੇਵਿਟ ਦੇ ਰਹੇ ਹੋ ਕਿ ਅਸੀਂ ਇਹਨਾਂ ਬੱਚਿਆਂ ਨੂੰ ਅਲਾਓ ਨਹੀਂ ਕਰਾਂਗੇ। ਇਹ ਕੇਜਰੀਵਾਲ ਸਰਕਾਰ ਦੀ ਦੋਹਰੀ ਨੀਤੀ ਆ, ਦੋਗਲੀ ਨੀਤੀ ਆ। ਹਾਲਾਂਕਿ ਪਿਛਲੀ ਵਾਰ ਕੋਰਟ ਨੇ ਆਰਡਰ ਦਿੱਤੇ ਸੀਗੇ ਕਿ ਕਿਸੇ ਨੂੰ ਰੋਕਣਾ ਨਹੀਂ ਹੈ, ਕੰਟੈਂਪਟ ਆਫ ਕੋਰਟ ਵੀ ਮੰਨਿਆ ਜਾਏਗਾ ਕੋਈ ਰੋਕਦਾ? ਬਿਲਕੁਲ ਜੀ, ਕੋਰਟ ਨੇ ਪਹਿਲੇ ਵੀ ਸਾਡੇ 2 ਕੇਸਿਸ ਦੇ ਵਿੱਚ ਕੋਰਟ ਨੇ ਅਲਾਓ ਕੀਤਾ, ਇੰਟੇਰੀਅਮ ਆਰਡਰ ਵੀ ਆ। ਨੀਟ ਦੇ ਐਗਜ਼ਾਮ ਦੇ ਵਿੱਚ ਵੀ ਕੋਰਟ ਨੇ ਇੰਟੇਰੀਅਮ ਆਰਡਰ ਕੀਤਾ ਜਿੱਥੇ ਬੱਚਿਆਂ ਨੂੰ ਅਲਾਓ ਕੀਤਾ ਹੈ, ਲੇਕਿਨ ਉਸ ਦੇ ਬਾਵਜੂਦ DSSB ਬੱਚਿਆਂ ਨੂੰ ਰੋਕ ਰਹੀ ਹੈ, ਔਰ ਇੱਕ ਇਸੇ ਕਰਕੇ ਅਸੀਂ ਕੰਟੈਂਪਟ ਪਾਈ ਸੀ। ਹੁਣ ਅਗਲੀ ਡੇਟ ਦੇ ਉੱਤੇ ਅਸੀਂ ਇਸ ਦੇ ਉੱਤੇ ਫਿਰ ਬਹਿਸ ਕਰਾਂਗੇ, ਔਰ ਇਹ ਜੋ ਦਿੱਲੀ ਸਰਕਾਰ ਦੀ ਦੋਗਲੀ ਨੀਤੀ ਆ, ਇਹ ਮੈਂ ਇਹਨਾਂ ਦੇ ਜੋ ਇਹਨਾਂ ਦੀ ਸਿੱਖਾਂ ਦੇ ਪ੍ਰਤੀ ਜਾਂ ਸਿੱਖੀ ਦੇ ਪ੍ਰਤੀ ਜੋ ਭਾਵਨਾ ਹੈ ਉਹ ਬਿਲਕੁਲ ਅੱਜ ਦੇ ਐਫੀਡੇਵਿਟ ਦੇ ਵਿੱਚ ਸਪਸ਼ਟ ਹੋ ਗਈ ਆ ਕਿ ਇਹਨਾਂ ਨੂੰ ਕੋਈ ਇਹਦੇ ਨਾਲ ਮਤਲਬ ਨਹੀਂ ਹੈ ਕਿ ਸਿੱਖ ਬੱਚਿਆਂ ਦਾ ਅਗਰ ਫਿਊਚਰ ਖਰਾਬ ਹੁੰਦਾ ਹੈ ਅਤੇ ਉਹ ਖਰਾਬ ਹੋਏ, ਅਗਰ ਬੱਚੇ ਐਗਜ਼ਾਮ ਦੇ ਵਿੱਚ ਨਾ ਬੈਠ ਸਕਣ ਤਾਂ ਦਿੱਲੀ ਸਰਕਾਰ ਨੂੰ ਇਸ ਦੀ ਕੋਈ ਚਿੰਤਾ ਨਹੀਂ ਆ। ਲੇਕਿਨ ਸਾਡੇ ਵਾਸਤੇ ਬੜਾ ਚਿੰਤਾ ਦਾ ਵਿਸ਼ਾ ਹੈ ਔਰ ਅਸੀਂ ਇਸ ਲੜਾਈ ਨੂੰ ਜ਼ਰੂਰ ਲੜਾਂਗੇ। ਨਕਲ ਦੇ ਇਲਾਵਾ ਐਫੀਡੇਵਿਟ ਕੁਝ ਹੋਰ ਵੀ ਕਿਹਾ ਗਿਆ, ਕੋਈ ਐਗਜ਼ਾਮਪਲ ਦਿੱਤੇ ਗਏ? ਹਾਂ, ਹੋਰ ਵੀ ਇਹਨਾਂ ਨੇ ਕਿਹਾ, ਇਹਨਾਂ ਨੇ ਕਿਹਾ ਕਿ ਜੀ ਸਾਡੇ ਜਿਹੜੀ ਸਿਵਲ ਏਵੀਏਸ਼ਨ ਹੈ ਉਹਨਾਂ ਦੇ ਕੋਲ ਹਾਈ ਇਕਵਿਪਮੈਂਟਸ ਹੈ, ਉਹਨਾਂ ਦੇ ਕੋਲ ਸਿਕਿਉਰਿਟੀ ਅਰੇਂਜਮੈਂਟ ਹੈ, ਸਾਡੇ ਕੋਲ ਸਿਕਿਉਰਿਟੀ ਅਰੇਂਜਮੈਂਟ ਨਹੀਂ ਹੈ। ਸੋ ਮੈਂ ਸਮਝਦਾ ਕਿ ਇਸ ਐਕਸਕਿਊਜ਼ ਦੇ ਨਾਲ ਕਿਸੇ ਦੇ ਧਰਮ ਦਾ ਜਾਂ ਕਿਸੇ ਦੇ ਫੇਥ ਦੇ ਨਾਲ ਕੰਪਰੋਮਾਈਜ਼ ਕਰਨਾ, ਮੈਂ ਸਮਝਦਾ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ।